ਸੂਰਜ ਇੱਥੇ ਤੱਕ ਪਹੁੰਚ ਗਿਆ ਵਾ। ਪਰ ਫਿਰ ਵੀ ਅਸੀਂ ਆਹੀ ਸੋਚਦੇ ਵੀ ਮੰਮਾ ਸ਼ਾਇਦ ਸਾਨੂੰ ਪਿਆਰ ਨਹੀਂ ਕਰਦੇ। ਕੀ ਨਾਮ ਸੀ ਅੱਜ ਜਿਹੜਾ ਨਾ ਅਸੀਂ ਪ੍ਰੈਂਕ ਕਰਨਾ ਇੱਥੇ ਮੈਂ ਰੱਖ ਕੇ ਉੱਤੇ ਦੇ ਦੀ ਵਾਪਸ। ਅਸਲਾਮ ਵਾਲੇਕੁਮ, ਵੈਲਕਮ ਟੂ ਨਿਊ ਵਲੌਗ। ਸਦਾ ਹੱਸਦੇ ਰਹੋ, ਵੱਸਦੇ ਰਹੋ, ਸ਼ਾਦ ਰਹੋ ਅਤੇ ਆਬਾਦ ਰਹੋ। ਆਮੀਨ ਸੁਮ ਆਮੀਨ। ਮਾਸ਼ਾਅੱਲਾ ਜੀ, ਸੁਬਹਾ ਸੁਬਹਾ ਦਾ ਟਾਈਮ ਹੈ, ਠੀਕ ਹੈ। ਤਕਰੀਬਨ ਹਜੇ 7 ਵਜੇ ਅਤੇ ਜੀ ਸਾਰੇ ਜਣੇ ਉੱਠ ਗਿਆ ਹੋਏ ਨੇ। ਹੁਣ ਜਿਹੜਾ ਹੈ ਨਾ ਜੀ, ਅਸੀਂ ਸੁਬਹਾ ਸੁਬਹਾ ਬਿਸਤਰ ਵਗੈਰਾ ਇਕੱਠੇ ਕਰ ਰਹੇ ਹਾਂ, ਸਫਾਈ ਵਗੈਰਾ ਕਰ ਰਹੇ ਹਾਂ। ਉੱਪਰ ਅਸਲ 'ਚ ਨਾ 2 ਦਿਨ ਹੋ ਗਏ ਅਸੀਂ ਛੱਤ ਤੋਂ ਸਫਾਈ ਕੀਤੀ ਨਹੀਂ ਸੀ। ਸਹਿਣ 'ਚ ਮਾੜਾ ਮੋਟਾ ਫੇਰ ਲੈਂਦੇ ਸੀ ਅਤੇ ਜਿਹੜਾ ਬਰਾਮਦੇ 'ਚੋਂ ਹੈ ਨਾ, ਉਹ ਮੰਮਾ ਕਹਿੰਦੀ ਸੀ ਵੀ ਪੰਖ ਝਾੜਨਾ ਫਿਰਾਂਗੇ, ਪੰਖ ਝਾੜਨਾ ਫਿਰਾਂਗੇ, ਨਾ ਪੰਖ ਝਾੜੂ ਲੱਭੇ ਨਾ ਝਾੜੂ ਫਿਰੇ। ਅਤੇ ਅੱਜ ਮੰਮਾ ਕਹਿੰਦੀ ਕਿ ਪੁੱਤਰ ਜਿਹੜਾ ਝਾੜੂ ਲੱਭਦੇ ਚੁੱਪ ਕਰਕੇ ਝਾੜੂ ਫੇਰ ਦੇਣਾ ਵਾ, ਕਿਉਂਕਿ ਬਹੁਤ ਗੰਦ ਮਚਿਆ ਪਿਆ ਵਾ। ਮੈਂ ਕਿਹਾ ਠੀਕ ਹੋ ਗਿਆ ਮੰਮਾ। ਕਹਿੰਦੀ ਹੁਣ ਪੁੱਤਰ ਆਪਣਾ ਤਕਰੀਬਨ ਘਰ ਬਣ ਗਿਆ, ਬਸ ਇਸ ਪਾਸੇ ਲੈਂਡਰ ਪੈਣ ਵਾਲਾ ਰਹਿ ਗਿਆ ਵਾ, ਅਤੇ ਹੁਣ ਆਪਾਂ ਨੂੰ ਚਾਹੀਦਾ ਵੀ ਆਪਾਂ ਇੱਥੇ ਸਫਾਈ ਕਰਕੇ ਰੱਖੀਏ। ਮੈਂ ਕਿਹਾ ਮੰਮਾ ਜੀ ਠੀਕ ਹੋ ਗਿਆ। ਅਤੇ ਲਓ ਜੀ, ਆਹ ਬਿਸਤਰ ਮੈਂ ਤੈਅ ਕਰਤੇ ਹੋਏ ਨੇ, ਸਰਾਣੇ ਸਰੂਣੇ ਸਾਰੇ ਪੈ। ਸੁਬਹਾ ਸੁਬਹਾ ਇੰਨੀ ਨੀਂਦ ਆ ਰਹੀ ਹੁੰਦੀ ਨਾ ਵੀ ਉੱਠਣ ਨੂੰ ਤਾਂ ਸਹੀ ਪਿੱਛੋਂ ਦਿਲ ਨਹੀਂ ਕਰਦਾ। ਨਮਾਜ਼ ਦਾ ਕਰ ਲਿਖਿਆ ਹੋਇਆ, ਬਾਕੀ ਤਰਾਵਤ ਕਰਕੇ ਉੱਤੇ ਆਏ ਸੀ ਅਤੇ ਮੈਂ ਤਾਂ ਬਿਸਤਰ ਤੈਅ ਕਰਨ ਆਈ ਸੀ। ਫਿਰ ਵੀ ਸਰਾਣਾ ਰੱਖ ਕੇ ਲੰਮੀ ਪੈ ਗਈ ਅਤੇ ਕੀ ਨਾਮ ਸੀ, ਮੱਖੀਆਂ ਨੇ ਇੰਨਾ ਤੰਗ ਕੀਤਾ ਵੀ ਨਹੀਂ ਸੁੱਤਾ ਗਿਆ। ਫਿਰ ਪੱਖਾ ਨਹੀਂ ਚੱਲਣ ਦੇ ਸੀ, ਪਸੀਨਾ ਆ ਰਿਹਾ ਸੀ ਸੁਬਹਾ ਸੁਬਹਾ ਹੀ ਨਾ। ਅੱਜ ਤਾਂ ਇੰਨੀ ਜ਼ਿਆਦਾ ਮਤਲਬ ਹਬਸ ਦੇ ਨਾ ਪਸੀਨੇ ਆ ਰਹੇ ਨੇ ਕਿ ਹੱਥ ਵੀ ਜ਼ਿਆਦਾ ਅਤੇ ਇਹ ਵੇਖੋ ਜੀ ਸੁਬਹਾ ਦਾ ਸੀਨ ਕਿੰਨਾ ਪਿਆਰਾ ਹੈ। ਸੁਬਹਾ ਸੁਬਹਾ ਦਾ ਮੰਜ਼ਰ ਠੀਕ ਹੈ ਅਤੇ ਬਾਕੀ ਹੁਣ ਜਿਹੜਾ ਜੀ ਇਹ ਵੇਖੋ ਮੰਮਾ ਝਾੜੂ ਫੇਰ ਰਹੇ ਨੇ। ਰਾਤੀ ਜੀ ਇਹ ਕੱਪੜੇ ਵਗੈਰਾ ਇਸਤਰੀ ਕੀਤੇ ਸੀ ਅਤੇ ਉਹ ਪਿਆ ਹੋਏ ਨੇ ਅਤੇ ਮੰਮਾ ਰਾਤ ਕੋਲ ਜਦੋਂ ਕੱਪੜੇ ਇਸਤਰੀ ਕੀਤੇ ਤੁਹਾਨੂੰ ਨੀਚੇ ਲੈ ਗਏ ਇੱਥੇ ਸਹੀ ਅਤੇ ਆਹ ਜੀ ਆਮ ਨਾਲ ਇੱਕ ਸੂਟ ਹੈ ਅਤੇ ਉੱਥੇ ਕੱਪੜਾ ਪਿਆ ਜੀ ਰਾਤ ਕੱਪੜੇ ਇਸਤਰੀ ਕੀਤੇ ਸੀ। ਚਲੋ ਜੀ ਹੁਣ ਜਿਹੜਾ ਨਾ ਝਾੜੂ ਫੇਰਤਾ ਵਾ, ਠੀਕ ਹੈ। ਅਤੇ ਹੁਣ ਜੋ ਹੈ ਨਾ ਆਪਾਂ ਜਲਦੀ ਜਲਦੀ ਬਿਸਤਰ ਲਿਆ ਕੇ ਰੱਖੀਏ ਅਤੇ ਮੰਮਾ ਅੰਦਰ ਬੰਦ ਝਾੜੂ ਫੇਰ ਲਾਂਗੇ ਫਿਰ ਇੱਥੇ ਆਪਾਂ। ਹਾਂਜੀ ਮੰਮਾ, ਹੁਣ ਉਹ ਕੀ ਨਾਮ ਸੀ, ਨਹੀਂ ਹੁਣ ਇੰਨਾ ਰਹਿੰਦਾ, ਮਿੱਟੀ ਆਉਂਦੀ ਰਹਿੰਦੀ ਅੰਦਰ 'ਚ, ਫਿਰ ਇਹਦੇ 'ਚ ਸਾਡਾ ਕੀ ਕਸੂਰ ਹੈ। ਇਹ ਹੁਣ ਉਹੀ ਪੈਰਾਂ ਨਾਲ ਲੈ ਕੇ ਆਉਂਦੇ ਨੇ, ਇਹਦੇ 'ਚ ਮੇਰਾ ਕੀ ਕਸੂਰ ਹੈ ਵੀ। ਅਤੇ ਚਲੋ ਜੀ ਹੁਣ ਇਹਨਾਂ ਬਿਸਤਰ ਬਿਸਤਰ ਚੱਕ ਕੇ ਰੱਖੀਏ ਅਤੇ ਮੰਮਾ ਜੀ ਹੁਣ ਜਿੱਥੇ ਝਾੜੂ ਫੇਰ ਲਾਂਗੇ ਫਿਰ ਚਾ ਮੰਜੀਆਂ ਲਿਆ ਕੇ ਅਤੇ ਖੜੀਆਂ ਕਰੀਏ। ਚਲੋ ਜੀ ਹੁਣ ਜਿਹੜਾ ਹੈ ਨਾ ਮੰਮਾ ਨੇ ਨਾ ਉੱਪਰੋਂ ਸਾਰੇ ਸਫਾਈ ਕਰ ਲਈ ਹੋਈ, ਠੀਕ ਹੈ। ਵੇਖੋ ਸੇਂ 'ਚੋਂ ਝਾੜੂ ਲਾ ਕੇ, ਉੱਧਰੋਂ ਕਿਚਨ ਵਾਲੇ ਹਿੱਸੇ 'ਚੋਂ, ਵਾਸ਼ਰੂਮ 'ਚੋਂ, ਹਰ ਜਗ੍ਹਾ ਤੋਂ ਝਾੜੂ ਝੜੂ ਫੇਰ ਕੇ ਅਤੇ ਹੁਣ ਜਿਹੜਾ ਹੈ ਜੀ ਇਹਨਾਂ 'ਚ ਮੰਮਾ ਚਲੇ ਗਏ ਨੇ ਨੀਚੇ। ਅਤੇ ਅੱਜ ਜੀ ਮੈਂ ਸੋਚ ਰਹੀ ਹਾਂ ਕਿ ਕਿਉਂ ਨਾ ਮੰਮਾ ਜੀ ਦੇ ਨਾਲ ਕੀਤਾ ਜਾਵੇ ਪ੍ਰੈਂਕ, ਠੀਕ ਹੈ, ਉਹ ਵੀ ਥੋੜ੍ਹਾ ਜਿਹਾ ਹੈਵੀ ਕਿਸਮ ਵਾਲਾ। ਅਸਲ 'ਚ ਪਤਾ ਕੀ ਹੋਇਆ, ਕੱਲ੍ਹ ਮੇਰੀ ਮੰਮਾ ਨੇ ਨਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇੰਨਾ ਡਾਂਟਿਆ ਨਾ ਇੰਨਾ ਕਿ ਹੱਥੋਂ ਵੀ ਜ਼ਿਆਦਾ। ਅਸੀਂ ਸੋਚਿਆ ਕਿ ਅੱਜ ਅਸੀਂ ਦੇਖਦੇ ਹਾਂ ਵੀ ਮੰਮਾ ਸਾਡੇ ਨਾਲ ਵਾਕਈ ਮਤਲਬ, ਅਸੀਂ ਕਹਿ ਰਹੇ ਸੀ ਵੀ ਮੰਮਾ ਸਾਡੇ ਨਾਲ ਪਿਆਰ ਨਹੀਂ ਕਰਦੀ ਤਾਂ ਸਾਨੂੰ ਮੈਂ ਗੱਲ ਗੱਲ 'ਤੇ ਡਾਂਟਦੀ, ਠੀਕ ਹੈ। ਅਤੇ ਅੱਜ ਮੈਂ ਸੋਚਿਆ ਵੀ ਅੱਜ ਨਾ ਮੰਮਾ ਨਾਲ ਪ੍ਰੈਂਕ ਕਰਕੇ ਦੇਖਦੇ ਹਾਂ ਮੰਮਾ ਸਾਡੇ ਨਾਲ ਕਿੰਨਾ ਕੁ ਪਿਆਰ ਕਰਦੀ ਹੈ, ਠੀਕ ਹੈ। ਅਤੇ ਅੱਜ ਜੀ ਅਸੀਂ ਮੰਮਾ ਨਾਲ ਕਰਨਾ ਪ੍ਰੈਂਕ, ਅਸੀਂ ਮੰਮਾ ਨੂੰ ਕਹਿਣਾ ਮੰਮਾ ਜੀ ਅਸੀਂ ਨਾਸ਼ਤਾ ਕਰਨਾ ਹੀ ਜੋ ਮਰਜ਼ੀ ਹੋ ਜਾਵੇ। ਅਤੇ ਅਸਲ ਪਤਾ ਕੀ ਹੋਇਆ ਵੀ ਕੱਲ੍ਹ ਨਾ ਅਸੀਂ ਮੰਮਾ ਨੂੰ ਤਾਂ
ਤੰਗੀ ਨਾ ਕੀਤਾ ਤੇ ਸੁਬਹਾ ਸੁਬਹਾ ਸੈਨ ਉੱਠਾ ਨਹੀਂ ਦਿਆ ਸੀ ਉਦੋਂ ਵੀ ਮਤਲਬ ਫਿਰ ਬਤਾ ਦੀ ਗੱਲ ਮੰਮਾ ਨੂੰ ਵੀ ਤਾਂ ਗੁੱਸਾ ਆਉਂਦਾ ਹੈ ਅਤੇ ਪਰ ਫਿਰ ਵੀ ਅਸੀਂ ਆਹੀ ਸੋਚਦੇ ਵੀ ਮੰਮਾ ਸ਼ਾਇਦ ਸਾਨੂੰ ਪਿਆਰ ਨਹੀਂ ਕਰਦੇ ਠੀਕ ਹੈ ਬੱਚੇ ਆਹੀ ਸੋਚਦੇ ਨੇ ਠੀਕ ਹੈ ਅਤੇ ਭਾਈ ਜਿਹੜੇ ਬੱਚੇ ਵੀਡੀਓ ਵੇਖਾਉਂਦੇ ਨੇ ਮੰਮਾ ਔਰ ਪਿਆਰ ਬੜਾ ਕਰਦੇ ਪਰ ਬਸ ਨਾ ਅੰਮੀਆਂ ਨਾ ਥੋੜ੍ਹਾ ਜਿਹਾ ਹੁੰਦਾ ਹੈ ਵੀ ਉਹ ਗੁੱਸਾ ਨਾ ਕਰਨਗੀਆਂ ਤਾਂ ਬੱਚੇ ਕਿਵੇਂ ਸੁਧਰਨਗੀਆਂ ਹੈ ਵੀ ਅਤੇ ਉਹ ਨਾ ਕੀ ਨਾਮ ਸੀ ਅੱਜ ਜਿਹੜਾ ਨਾ ਅਸੀਂ ਪ੍ਰੈਂਕ ਕਰਨਾ ਅਸੀਂ ਕਹਿੰਦਾ ਮੰਮਾ ਰੋਟੀ ਨਹੀਂ ਖਾਣੀ ਅਸੀਂ ਦੋਵਾਂ ਭੈਣਾਂ ਨੇ ਉੱਤੇ ਹੀ ਰਹਿਣਾ ਹਾਂ ਠੀਕ ਹੈ ਇੱਧਰ ਵੇਖੋ ਆਹ ਮੰਮਾ ਨੇ ਕੂੜਾ ਪਾਇਆ ਸੀ ਐਵੇਂ ਜੀ ਬਾਂਹ ਥੱਕ ਗਈ ਹੈ ਅਤੇ ਇੱਧਰ ਵਾਲਾ ਸੀਨ ਤੁਸੀਂ ਵੇਖੋ ਫਿਰ ਮੈਂ ਤੁਹਾਨੂੰ ਦੱਸ ਰਹੀ ਹਾਂ ਅੱਛਾ ਅਤੇ ਮੰਮਾ ਨੂੰ ਕਹਿਣਾ ਅਸੀਂ ਦੋਵਾਂ ਨੇ ਰੋਟੀ ਖਾ ਲੈਣੀ ਮੰਮਾ ਤਾਂ ਲੋਕੇ ਕਿਉਂਕਿ ਉਹਨੇ ਝੜਤਾ ਹੀ ਪਾਣੀ ਆਉਣਾ ਫਿਰ ਮੰਮਾ ਨੇ 2 ਘੰਟੇ ਲਗਾਤਾਰ ਪਾਣੀ ਲਾਉਣਾ ਮੰਮਾ ਨੇ ਨਹੀਂ ਵੇਖਣਾ ਵੀ ਕੀ ਹੋਣਾ ਅਤੇ ਕੀ ਨਹੀਂ ਹੋਣਾ ਨਾਸ਼ਤਾ ਨੁਸ਼ਤਾ ਬਣਾ ਕੇ ਨਾ ਅਤੇ ਕੀ ਨਾਮ ਸੀ ਅਸੀਂ ਕਹਿਣਾ ਅਸੀਂ ਨਾਸ਼ਤਾ ਉੱਤੇ ਲਿਆ ਕਰ ਲਵਾਂਗੇ ਅਤੇ ਬਰਤਨ ਲਕੋ ਦਾਂਗੇ ਅਤੇ ਅਸੀਂ ਮੰਮਾ ਨੂੰ ਕਹਿਣਾ ਵੀ ਅਸੀਂ ਨਾਸ਼ਤਾ ਨਹੀਂ ਕਰਨਾ ਅਤੇ ਭਾਈ ਤਾਂ ਥੱਲੇ ਨਾਸ਼ਤਾ ਕਰਕੇ ਹੀ ਉੱਤੇ ਆਉਂਦੇ ਨੇ ਅਤੇ ਇਸ ਵਾਸਤੇ ਅਤੇ ਬਾਕੀ ਜੀ ਹੁਣ ਜਿਹੜਾ ਹੈ ਨਾ ਜੀ ਸੁਬਹਾ ਸੁਬਹਾ ਦਾ ਸੀਨ ਤੁਹਾਨੂੰ ਵਹਾਵਾਂ ਅਤੇ ਆਹ ਦੇਖੋ ਜੀ ਸੂਰਜ ਜਿੱਥੇ ਤੱਕ ਪਹੁੰਚ ਗਿਆ ਵਾ ਠੀਕ ਹੈ ਅਤੇ ਹੁਣ ਜਿਹੜਾ ਹੈ ਨਾ ਕੀ ਨਾਮ ਸੀ ਆਮਨਾ ਨੂੰ ਬੁਲਾਉਂਦੇ ਹਾਂ ਅਤੇ ਆਹ ਸਾਰਾ ਜਿਹੜਾ ਸੀਨ ਪਲੈਨ ਕਰਨੇ ਹਾਂ ਅਤੇ ਪਹਿਲੇ ਤਾਂ ਸਭ ਤੋਂ ਜਾ ਕੇ ਥੱਲੇ ਦੇਖਦੇ ਹਾਂ ਵੀ ਰੋਟੀ ਛੋਟੀ ਪਕਾਉਣਾ ਸ਼ੁਰੂ ਹੋਈ ਕਿ ਨਹੀਂ ਚਲੋ ਜੀ ਹੁਣ ਜਿਹੜਾ ਨਾ ਟਾਈਮ ਹੋ ਗਿਆ ਤਕਰੀਬਨ ਵੇਖੋ ਜੀ 8 ਵਜਣ ਲੱਗੇ ਨੇ ਠੀਕ ਹੈ ਅਤੇ ਮਿਸਤਰੀ ਹਾਲੇ ਤੱਕ ਨਹੀਂ ਆਏ 7:30 ਹੋ ਗਿਆ ਮਤਲਬ ਅਤੇ ਜੀ ਇਹ ਵੇਖੋ ਮੈਂ ਆਪਦੇ ਕੱਪੜੇ ਵਗੈਰਾ ਪ੍ਰੈਸ ਕਰ ਲਏ ਨੇ ਕਿਉਂਕਿ ਜੀ ਅੱਜ ਮੈਂ ਸੋਚਿਆ ਕਿ ਕਿਉਂ ਨਾ ਜੀ ਆਪਦੇ ਨਾ ਡਰੈਸ ਚੇਂਜ ਕਰ ਲਿਆ ਅਤੇ ਕਿਉਂਕਿ 3 ਦਿਨ ਹੋ ਗਿਆ ਨੇ ਮੈਂ ਨਾ ਕੱਪੜੇ ਨੂੰ ਚੇਂਜ ਕੀਤੇ ਇਸ ਵਿੱਚ ਮੈਂ ਆਪਦੀ ਪਈ ਸੀ ਈਦ ਵਾਲੀ ਫਰੋਕ ਅਤੇ ਨਾ ਜੇ ਮਤਲਬ ਜਦੋਂ ਈਦ ਵਾਲੇ ਬੰਦਾ ਕੱਪੜੇ ਪਾਲਵੇ ਨਾ ਉਹ ਜਲਦੀ ਉਤਾਰਨ ਨੂੰ ਦਿਲ ਨਹੀਂ ਕਰਦਾ ਠੀਕ ਹੈ ਅਤੇ ਇਸ ਵਾਸਤੇ ਮੈਂ ਲਾ ਕੇ ਦੁਬਾਰਾ ਆਹੀ ਪਾ ਲੈਂਦੇ ਹੁੰਦੇ ਸੀ ਅਤੇ ਹੁਣ ਜਿਹੜਾ ਨਾ ਅੱਜ ਮੰਮਾ ਕਹਿੰਦੀ ਪੁੱਤਰ ਕੀ ਨਾਮ ਸੀ ਮੈਂ ਨਾ ਹੁਣ ਪਾਣੀ ਸ਼ਾਣੀ ਲਾ ਰਹੀ ਹਾਂ ਅਤੇ ਮੇਰੀਆਂ ਧੀਆਂ ਚਲੋ ਤੁਸੀਂ ਸ਼ਾਵਰ ਕਰਕੇ ਜਲਦੀ ਜਲਦੀ ਕੱਪੜੇ ਛੱਪੜੇ ਚੇਂਜ ਕਰੋ ਅਤੇ ਜੀ ਜਿਹੜਾ ਨਾ ਮੈਂ ਸੋਚਿਆ ਵਾ ਵੀ ਅਸੀਂ ਨਾ ਮਤਲਬ ਵੀ ਫਰੈਂਕ ਕਰਨਾ ਵਾ ਵੀ ਖਾਣਾ ਲਿਆ ਕੇ ਉੱਤੇ ਖਾ ਲੈਣਾ ਵਾ ਅਤੇ ਉਹ ਤਿਲਕੋ ਦੇ ਨੇ ਬਰਤਨ ਠੀਕ ਹੈ ਮੰਮਾ ਆਏਗੀ ਜਦੋਂ ਮੰਮਾ ਕਹਿ ਗਏ ਆ ਤਾਂ ਅਸੀਂ ਕਹਿਣਾ ਮੰਮਾ ਜੀ ਅਸੀਂ ਨਹੀਂ ਲਾਲਾ ਦਿਹਾਤੀ ਰੋਟੀ ਖਾਣੀ ਅਸੀਂ ਆਪਦੀ ਆਪੇ ਪਕਾ ਕੇ ਖਾਣੀ ਆ ਸਾਨੂੰ ਪਕਾ ਕੇ ਲਿਆ ਦਿਓ ਅਤੇ ਜਾਂ ਅਸੀਂ ਆਪੇ ਪਕਾ ਕੇ ਖਾ ਲੈਣੇ ਲਾਈਕ ਮੰਮਾ ਨੂੰ ਸਹੀ ਭੜਕਾਉਣਾ ਸਹੀ ਵਾਲਾ ਠੀਕ ਹੈ ਅਤੇ ਹੁਣ ਜਿਹੜਾ ਨਾ ਜੀ ਸਭ ਤੋਂ ਪਹਿਲੇ ਆਮ ਨਾ ਗਈ ਯਾਨੀ ਜੀ ਸ਼ਾਵਰ ਕਰਨ ਅਤੇ ਮੈਂ ਕਿਹਾ ਵੀ ਚਲੋ ਕੀ ਨਾਮ ਸੀ ਮੈਂ ਫਟਾਫਟ ਨਾ ਆਪਦਾ ਜਿਹੜਾ ਨਾ ਪ੍ਰੈਸ ਕਰ ਲਵਾਂ ਕੱਪੜੇ ਅਤੇ ਕਿਉਂਕਿ ਮੇਰੇ ਕੱਪੜਿਆਂ ਨੂੰ ਅਸਲ 'ਚ ਨਾ ਆਹ ਥੋੜ੍ਹੇ ਕੱਪੜੇ ਹੈ ਲੋਨ ਦੇ ਅਤੇ ਇਹਨਾਂ ਨੂੰ ਜਦੋਂ ਵੱਟ ਪੈ ਜਾਣ ਤਾਂ ਜਲਦੀ ਉਤਰਦੇ ਹੀ ਕੋਈ ਨਹੀਂ ਬੜੇ ਵਕਤਾਂ ਨਾਲ ਆਖਰਕਾਰ ਇਹਨਾਂ ਨੂੰ ਮੈਂ ਪਾਣੀ ਸ਼ਾਣੀ ਲਾ ਕੇ ਨਾ ਇਸਤਰੀ ਕੀਤਾ ਕਰਕੇ ਅਤੇ ਹੁਣ ਜਿਹੜਾ ਨਾ ਕੱਪੜੇ ਬਿਲਕੁਲ ਨਿਊ ਟਾਈਪ ਹੋ ਗਏ ਠੀਕ ਹੈ ਅਤੇ ਹੁਣ ਜਿਹੜਾ ਨਾ ਆਪਾਂ ਜੀ ਜਲਦੀ ਜਿਹਾ ਸ਼ਾਵਰ ਕਰਕੇ ਅਤੇ ਰੈਡੀ ਹੋ ਕੇ ਆਉਂਦੇ ਹਾਂ ਲਓ ਜੀ ਹੁਣ ਅਸੀਂ ਜੀ ਫਰੈਸ਼ ਫਰੁਸ਼ ਹੋ ਕੇ ਅਤੇ ਆ ਗਏ ਹਾਂ ਉੱਪਰ ਠੀਕ ਹੈ ਜੀ ਅਤੇ ਮੰਮਾ ਤੋਂ ਚੋਰੀ ਅਸੀਂ ਨਾ ਨਾਸ਼ਤਾ ਉੱਪਰ ਲੈ ਆਏ ਹਾਂ ਆਮ ਨਾ ਤੈਨੂੰ ਪਤਾ ਅੱਜ ਆਪਾਂ ਮੰਮਾ ਨਾਲ ਪ੍ਰੈਂਕ ਕਰਨ ਦਈ ਹਾਂ ਦੋਵੇਂ ਭੈਣਾਂ ਆਪਾਂ ਨਾ ਚੋਰੀ ਚੋਰੀ ਰੋਟੀ ਰੋਟੀ ਖਾ ਕੇ ਨਾ ਅਤੇ ਭਾਂਡੇ ਉੱਥੇ ਲੁਕੋ ਦੇਣੇ ਨੇ ਠੀਕ ਹੈ ਅਤੇ ਵੇਖਦੇ ਹਾਂ ਮੰਮਾ ਨੂੰ ਹਾਲੇ ਕਿਹੜਾ ਪਤਾ ਵੀ ਆਪਾਂ ਨਾਸ਼ਤਾ 'ਤੇ ਲਿਆ ਅਤੇ ਵੇਖਾਂਗੇ ਵੀ ਮੰਮਾ ਆਪਾਂ ਨੂੰ ਕਹਿੰਦੀ ਹੈ ਕਿ ਨਹੀਂ ਵੀ ਰੋਟੀ ਖਾਓ ਹੈ ਕੱਲ੍ਹ ਮੰਮਾ ਨੇ ਆਪਾਂ ਨੂੰ ਡਾਂਟਿਆ ਸੀ ਨਾ ਵੀ ਰੋਟੀ ਨਹੀਂ ਖਾਂਦੇ ਇੱਦਾਂ ਨਹੀਂ ਕਰਦੇ ਉੱਦਾਂ ਨਹੀਂ ਕਰਦੇ ਹੈ ਨਾ ਹਾਂ ਅੱਜ ਵੇਖ ਲੈ ਵੀ ਮੰਮਾ ਆਪਣੇ ਨਾ ਕਿੰਨਾ ਪਿਆਰ ਕਰਦੀ ਠੀਕ ਹੈ ਚੁੱਪ ਚੁੱਪ ਕਰਕੇ ਰੋਟੀ ਖਾਓ ਅਤੇ ਭਾਂਡੇ ਲਗਾ ਦਿੰਦੇ ਫਿਰ ਵੇਖਦੇ ਹਾਂ ਮੰਮਾ ਕੀ ਕਹਿੰਦੀ ਜਦੋਂ ਮੰਮਾ ਆ ਕੇ ਕਹੇ ਨਾ ਰੋਟੀ ਖਾਓ ਤਾਂ ਆਪਾਂ ਕਹਿੰਦਾ ਹਮੇ ਨਹੀਂ ਰੋਟੀ ਖਾਣੀ ਲਾਲਾ ਕਿ ਆਹ ਕੀ ਹਮੇ ਖੁਦ ਪਕਾ ਦਿਓ ਹਮ ਖਾ ਲੈਂਗੇ ਨਹੀਂ ਤਾਂ ਅਸੀਂ ਆਪੇ ਪਕਾ ਕੇ ਖਾ ਲੈਂਦੇ ਠੀਕ ਹੈ ਹਾਂ ਮੰਮਾ ਨੇ ਕਰਨਾ ਜੀ ਅੱਜ ਧਮਾਕੇਦਾਰ ਪ੍ਰੈਂਕ ਠੀਕ ਹੈ ਅਤੇ ਬਸ ਅੱਲਾਹ ਖੈਰ ਕਰੇ ਮੰਮਾ ਨੂੰ ਬਹੁਤਾ ਗੁੱਸਾ ਨਾ ਚੜ ਜਾਵੇ ਨਹੀਂ ਤਾਂ ਸਾਡੀ ਚਤਰੋਲ ਹੋ ਜਾਣੀ ਹੈ ਸਾਨੂੰ ਇੰਨਾ ਪਤਾ ਹੈਗਾ ਠੀਕ ਹੈ ਚਲੋ ਜੀ ਆਮ ਨਾਲ ਪਾਣੀ ਲੈ ਆਈਏ ਚਾਏ ਮੈਂ ਲੈ ਆਈ ਹਾਂ ਕੱਪ ਲੈ ਆਈ ਹਾਂ ਠੀਕ ਹੈ ਰੋਟੀਆਂ ਆ ਗਈਆਂ ਹੋਈਆਂ ਨੇ ਅਤੇ ਅਸੀਂ ਚਾਏ ਪਰਾਠਾ ਨਾਸ਼ਤਾ ਕਰਨੇ ਠੀਕ ਹੈ ਅਤੇ ਟਾਈਮ ਵੇਖੋ ਜੀ ਹੋ ਗਿਆ ਜੀ ਆਹ ਵੇਖੋ 8 ਵਜ ਗਏ ਨੇ ਅੱਧਾ ਘੰਟਾ ਸਾਨੂੰ ਲੱਗਾ ਜੀ ਮਤਲਬ ਸ਼ਾਵਰ ਸ਼ੁਰੂ ਕਰਨ 'ਤੇ ਅਤੇ ਸਾਰਾ ਜਿਹੜਾ ਨਾ ਖਾਣਾ ਛਾਣਾ ਉੱਪਰ ਲਿਆਉਣ 'ਚ ਠੀਕ ਹੈ ਅਤੇ ਚਲੋ ਕੋਈ ਨਹੀਂ ਖੈਰ ਹੁਣ ਅਸੀਂ ਜੀ ਰੋਟੀ ਖਾਈਏ ਅਤੇ ਫਿਰ ਬਾਅਦ 'ਚ ਭਾਂਡੇ ਲਗਾਉਂਦਿਆਂ ਹੋਇਆ ਵੀ ਲੱਗ
A few moments later. ਚਲੋ ਜੀ ਹੁਣ ਨਾ ਅਸੀਂ ਖਾਣਾ ਖਾ ਲਿਆ ਅਤੇ ਆਉਂਦਾ ਬਾਜੀ ਦਾ ਖਾਣਾ ਖਾ ਕੇ ਲੇਟ ਗਈ ਹੈ, ਠੀਕ ਹੈ, ਅਤੇ ਇਹ ਜ਼ੈਨ ਮੁੰਡਾ ਨਾ ਆਇਆ ਆ ਕੇ ਰੋਟੀ ਖਾ ਕੇ ਇਹਨੇ ਦੇਖੋ ਬਰਤਨ ਵਿੱਚ ਰੱਖ ਕੇ ਇਹ ਰੱਖਦੇ ਨੇ, ਇਹਨੇ ਨਾ ਸਾਡਾ ਪਲੈਨ ਕੈਂਸਲ ਕਰਾਉਣਾ ਵਾ, ਠੀਕ ਹੈ, ਅਤੇ ਹੁਣ ਜਿਹੜਾ ਨਾ ਮੈਨੂੰ ਸਾਰੇ ਬਰਤਨਾਂ ਦੇ ਨਾਲ ਨਾ ਇਹਦੇ ਬਰਤਨ ਵਿੱਚ ਪਾਉਣੇ ਪੈਣੇ, ਠੀਕ ਹੈ। ਲਓ ਜੀ ਇਸ ਤਰ੍ਹਾਂ ਮੈਂ ਖਾ ਰਹੀ ਹਾਂ, ਮੈਂ ਕਿਹਾ ਵੀ ਚਾਹੇ ਸ਼ਾਇਦ ਹੈ ਤਾਂ ਉੱਥੇ ਪੈ ਰਹੇ ਬਿਸਤਰ ਅਤੇ ਆ ਨਾ ਹੋਵੇ ਵੀ ਡਿੱਗਦਾ ਹੋਵੇ ਅਤੇ ਨਾ ਬਾਅਦ 'ਚ ਮੰਮਾ ਸਾਨੂੰ ਫੜ ਦਿੱਤੀ ਹੋਵੇ ਵੀ ਤੁਸੀਂ ਕੰਮ ਖਰਾਬ ਕੀਤਾ, ਠੀਕ ਹੈ। ਅਤੇ ਚਲੋ ਜੀ ਹੁਣ ਜਿਹੜਾ ਨਾ ਇੱਥੋਂ ਇਹਨੂੰ ਉਠਾਈਏ, ਇੱਥੇ ਮੈਂ ਰੱਖ ਕੇ ਉੱਤੇ ਦੇ ਦਿੱਤੀ ਵਾਪਸ, ਠੀਕ ਹੈ। ਚਲੋ ਇੰਨਾ ਸ਼ੋਅ ਨਹੀਂ ਹੋ ਰਿਹਾ ਵੀ ਬਰਤਨ ਬੁਰਤਨ ਪੈਣੇ, ਪਾਣੀ ਵਾਲੀ ਬੋਤਲ ਤਾਂ ਵੈਸੇ ਹੀ ਉੱਪਰ ਇੱਕ ਹੁੰਦੀ ਲਾਜ਼ਮੀ, ਇਹਨੂੰ ਆਪਾਂ ਚੁੱਕ ਕੇ ਨਾ ਇੱਥੇ ਰੱਖ ਦਿੰਦੇ ਹਾਂ ਜੀ ਇੱਥੇ, ਠੀਕ ਹੈ। ਜਿਹੜੀ ਕਿ ਉਹਨੇ ਤਕਰੀਬਨ ਅਲਮਾਰੀ 'ਚ ਜ਼ਿਆਦਾਤਰ ਪਾਰਟ ਹੁੰਦੀਆਂ ਨੇ ਪਾਣੀ ਵਾਲੀਆਂ ਬੋਤਲ, ਤਾਂ ਜੇ ਹੁਣ ਜਿਹੜਾ ਨਾ ਵੇਟ ਕਰਨੇ ਆ ਵੀ ਮੰਮਾ ਆ ਲੈਣਾ, ਠੀਕ ਹੈ। ਅਤੇ ਪਹਿਲੇ ਸਭ ਤੋਂ ਪਹਿਲੇ ਅੱਜ ਮੈਂ ਸੋਚਿਆ ਵਾ ਵੀ ਰੀਅਲ ਵਾਲਾ ਪ੍ਰੈਂਕ ਕਰਨਾ ਵਾ ਅਤੇ ਕੈਮਰਾ ਛੁਪਾ ਕੇ ਕਰਨਾ ਵਾ, ਠੀਕ ਹੈ। ਅਤੇ ਇੱਥੋਂ ਨਾ ਜ਼ਿਆਦਾ ਸ਼ੋਅ ਨਹੀਂ ਹੁੰਦਾ ਵੀ ਕੈਮਰਾ ਸ਼ੈਮਰਾ ਪਿਆ ਹੋਇਆ ਵਾ, ਠੀਕ ਹੈ। ਬਸ ਇੱਥੇ ਗੰਦ ਜਿੰਨਾ ਗੰਦ ਪਿਆ ਹੈ ਨਾ ਇੱਥੋਂ ਵਾਕਈ ਨਹੀਂ ਸ਼ੋਅ ਹੋਣਾ, ਠੀਕ ਹੈ। ਅਤੇ ਹੁਣ ਜਿਹੜਾ ਨਾ ਆਪਾਂ ਸਭ ਤੋਂ ਪਹਿਲੇ ਕਰੀਏ ਕੈਮਰਾ ਕੁਮਰਾ ਸੈੱਟ ਅਤੇ ਫਿਰ ਮੰਮਾ ਜਦੋਂ ਉੱਤੇ ਆਈ ਤਾਂ ਅਸਲ ਤਾਂ ਮਜ਼ਾ ਫਿਰ ਆਉਣਾ ਹੈ। ਚਲੋ ਜੀ ਹੁਣ ਜਿਹੜਾ ਨਾ ਮੈਂ ਕੈਮਰਾ ਸੈੱਟ ਕਰਤਾ ਵਾ, ਠੀਕ ਹੈ। ਅਤੇ ਬੜੇ ਵਕਤਾਂ ਨੂੰ ਕੈਮਰਾ ਸੈੱਟ ਹੋਇਆ, ਸਮਝ ਨਹੀਂ ਆ ਰਹੀ ਸੀ ਵੀ ਠੀਕ ਕਰੀਏ ਕੀ ਨਾ ਕਰੀਏ। ਅਤੇ ਹੁਣ ਜਿਹੜਾ ਇਹਨੇ ਜੀ ਮੰਮਾ ਦੇ ਆਉਣ ਦਾ ਵੇਟ ਕਰ ਲਿਆ, ਮੰਮਾ ਦੇ ਆਉਣ ਦੇ ਵੇਟ ਹੁਣ ਕਿਵੇਂ ਕਰੀਏ, ਅਸੀਂ ਉਹਨੂੰ ਮੈਂ ਲੜ ਨਹੀਂ ਸਕਦੀਆਂ, ਭੁੱਲ ਵੀ ਨਹੀਂ ਸਕਦੀਆਂ। ਅਤੇ ਅਸੀਂ ਜੀ ਮੋਬਾਈਲ ਯੂਜ਼ ਕਰਾਂਗੇ, ਚੱਲ ਮੋਬਾਈਲ ਨੂੰ ਅਸੀਂ ਕੀ ਯੂਜ਼ ਕਰਨਾ, ਬਸ ਨਾ ਕੁਛ ਨਾ ਗੱਲ ਕਰ ਦੇਖਦੇ ਹਾਂ ਅਤੇ ਅਸੀਂ ਟਾਈਮ ਲਗਾ ਦੇਵਾਂਗੇ, ਠੀਕ ਹੈ। ਆ ਮੈਂ ਚੱਲ ਗਈ ਸੁਪਨ ਬੈਠੀ ਹੈ ਛਾਏ ਮੋਬਾਈਲ ਹੈ। ਨਾਸ਼ਤਾ ਕਿਉਂ ਨਹੀਂ ਕਰਨਾ, ਮਜ਼ਾ ਨਿਯਮ ਦੇ ਨਹੀਂ ਕਰਨਾ ਬਸ। ਹੁਣ ਮੈਂ ਦੱਸੀ ਦੀ ਸਿੱਧੀ ਗੱਲ ਹੋਣੀ ਹੈ ਕਿ ਮੈਂ ਛਿੱਤਰ ਪੜਾ ਪੱਕੀ ਗੱਲ ਹੈ, ਨਾਸ਼ਤਾ ਨਾਲ ਨਹੀਂ ਕਰ ਲਿਆ, ਤੁਸੀਂ ਆਪ ਬਣਾ ਲਓ ਨਾਸ਼ਤਾ, ਅਸੀਂ ਕਰ ਲਵਾਂਗੇ, ਅਸੀਂ ਲਾ ਲਵਾਂਗੇ। ਕਿਉਂ ਲਾ ਲਾ, ਅਸੀਂ ਨਹੀਂ ਬਣਾਉਂਦੇ, ਨਹੀਂ ਸਹੀ ਬਣਾਉਂਦੇ ਅਤੇ ਫਿਰ ਨਹੀਂ ਬਸ ਅਸੀਂ ਨੇ। ਮੈਨੂੰ ਨਾ ਸਹੀ ਸਹੀ ਵਜ੍ਹਾ ਦੱਸ ਕਿ ਥੱਲੇ ਗਈ ਸੀ ਦੂਸਰੀ ਗੱਲ, ਨਹੀਂ ਹਾਂ ਅਸੀਂ ਤਾਂ ਥੱਲੇ ਗਏ ਨਹੀਂ, ਨਹੀਂ ਵੀ ਸੁਭਾਅ ਜਦੋਂ ਗਏ ਸੀ ਨਾ ਨੂੰ ਅਸੀਂ ਉਦੋਂ ਗੱਲ ਨਹੀਂ, ਹਾਂ ਬਸ ਵੈਸੇ ਨਹੀਂ ਤੇ ਫਿਰ ਵਜ੍ਹਾ ਨਹੀਂ ਸਾਨੂੰ ਨਹੀਂ ਗਏ, 3 ਮਹੀਨੇ ਹੋ ਗਿਆ ਉਹ ਰੋਜ਼ ਨਾਸ਼ਤਾ ਬਣਾਉਂਦੀ, ਸਾਰਾ ਕੁਛ ਕਰ ਲਈ, ਸਭ ਨੌਕਰਾਂ ਨੂੰ ਬਤਾ ਲੈ ਸਾਰੇ ਗੋਲ ਗੋਲੇ ਕਰ ਲਈ ਦੇਹਾਂ ਦੀ, ਤੁਸੀਂ ਹੁਣ ਨਾ ਦਾਦਾ ਦੇ ਹੱਥ ਨਾਲ ਵੀ ਕਰਨਾ ਤਮਾਸ਼ਾ ਹੋ ਗਿਆ। ਚੱਲ ਪੀਸੀਏ, ਚੱਲ ਥੋੜ੍ਹਾ ਲੈ ਕੇ ਆ ਰੋਟੀ ਤੇ ਖਾਓ ਖਾਓ ਬੈਠੇ ਦੋ ਜਣੀਆਂ, ਨਹੀਂ ਤਾਂ ਫਿਰ ਤੇਰੇ ਹੱਥ ਦਿੱਤੇ ਸੀਗੇ 9 ਵਜੇ ਲੱਗੇ ਨੇ, ਠੀਕ ਹੈ ਨਾ, ਹੁਣ ਤਾਂ ਲੱਗੀਆਂ ਨਾ ਹਾਂਜੀ ਰੋਟੀ ਕਰਨ ਤਾਂ ਮਸਾਂ 1 ਵਜੇ ਤੱਕ ਮਿਲਣੀਆਂ ਨੇ ਰੋਟੀ ਪਕੜੀ, ਫਿਰ ਆਪਦੇ ਪਿਓ ਨੂੰ ਘੁਮਾਈ ਨੌਕਰ ਰੱਖ ਦਿੰਦੇ,
ਪਾਸੇ ਨਹੀਂ ਮੁੱਕਣੇ। ਬਸ ਜਿਹੜਾ ਬੰਦਾ ਕਹਿੰਦਾ ਬਸ ਮਾਂ ਸਾਡੇ ਨਾਲ ਨਾਲ ਫਿਰਦੀ ਰਹੇ, ਨਾਲ ਨਾਲ ਫਿਰਦੀ ਰਹੇ, ਸਾਨੂੰ ਸਾਡਾ ਰੋਲ ਬਣੋਲ ਕਰਦੀ ਰਹੇ ਤਾਂ ਬਾਕੀ ਦੂਰ ਪੈ ਗਈ ਖੂਹ 'ਚ। ਮੈਂ ਤਾਂ ਮਿਸਤਰੀ ਆ ਗਿਆ ਸੀ, ਫਿਰ ਉਧਰੋਂ ਕਮਰੇ ਚੋਂ ਨਿਕਲੇ ਜਿਵੇਂ ਕਹਿ ਨਹੀਂ ਪਹੁੰਚ ਰਹੇ ਕਰਕੇ ਚਲੇ ਗਏ। ਹਾਂਜੀ ਉਹ ਚਲੇ ਗਏ ਨਾ ਨਾਸ਼ਤਾ ਕਰਕੇ। ਅਰੇ ਫਿਰ ਤੁਸੀਂ ਕਾਹਦੇ ਨਾਲ ਕਰਨੀ ਕਰਨਾ ਨਾਸ਼ਤਾ? ਨਹੀਂ ਸਾਨੂੰ ਚਾਹ ਨਹੀਂ ਤੇ ਫਿਰ ਉਹ ਭਰਾ ਆਏ ਸੀ ਚਾਹ ਪੱਕੀ ਪਈ ਸੀ ਤੇ ਫਿਰ ਮੈਨੂੰ ਦੱਸ ਦੇ ਨਾ ਤੈਨੂੰ ਪੈਸੇ ਦੇਣ ਦੀ ਬ੍ਰੈਡ ਮੰਗਵਾ ਲੈਣੇ ਬ੍ਰੈਡ ਖਾਣਾ ਕਿਉਂ ਬੰਦ ਮੰਗਵਾ ਦੇਣੀ ਰੋਟੀ ਉਹ ਖਾ ਲਓ ਨਾਲ ਨਹੀਂ ਤੇ ਫਿਰ ਰੋਟੀਆਂ ਪੱਕੀਆਂ ਪਈਆਂ ਫਿਰ ਕਿਉਂ ਨਹੀਂ ਖਾਧੀ ਮੈਨੂੰ ਪਤਾ ਤਾਂ ਚੱਲੇ ਵਜਾ। ਨਹੀਂ ਤੁਸੀਂ ਬਣਾ ਦਿਓ ਅਸੀਂ ਖਾ ਲੈਂਦੇ ਕਿਉਂ ਜਿਹੜੀਆਂ ਬਣੀਆਂ ਪਈਆਂ ਉਹ ਬਾਹਰ ਸੁੱਕੀਆਂ ਸਾਨੂੰ ਨਹੀਂ ਪਏਗਾ ਦੁਪਹਿਰ ਨੂੰ ਆਟਾ ਉਹ ਆਪੇ ਖਾ ਲੈਣਗੇ। ਲਾਲਾ ਨੇ ਠੇਕਾ ਲਿਆ ਕਹਿੰਦੇ ਤੁਹਾਡੇ ਵਾਸਤੇ ਗੁੱਲੇ ਪਕਾਵੇ ਤੇ ਦੁਪਹਿਰ ਨੂੰ ਉਹੀ ਆਪ ਤੁਲੇ ਸਾਨੂੰ ਨਹੀਂ ਪਏਗਾ। ਚਲੋ ਆਓ ਆਓ ਮੇਰੀਆਂ ਤੀਆਂ ਟੈਂਕੀ ਸਵੇਰੇ ਸਾਢੇ ਛੇ ਦਾ ਪਾਣੀ ਆਇਆ ਸਾਢੇ ਅੱਠ ਹੋ ਗਿਆ ਨੇ ਬਲਕਿ ਹੋਰ ਪਾਣੀ ਨਾ ਹੋ ਗਏ ਖੜੀ ਲੱਤ ਮੈਂ ਉਹ ਨਹੀਂ ਹੈਗੀ ਨਹੀਂ ਛੇਤੀ ਨੀਂਦ ਕਿਉਂ ਨੀ ਖੁੱਲਦੀ ਆ ਸਵੇਰੇ ਚਾਰ ਵਜੇ ਦੀਆਂ ਉੱਠੀਆਂ ਸੀ ਮੰਜਾ ਵਿਛਾ ਕੇ ਪੈ ਜਾ ਆਪਣੇ ਕੋਈ ਬਾਰ ਬਾਰ ਚੁੱਲ੍ਹਾ ਬਲਦਾ ਹੈ ਕਿਤੇ ਸਿਲੰਡਰ ਰੋਕ ਕੇ ਬਸ
ਖਾਤਰ ਹੈ ਜੇ ਤੁਸੀਂ ਪਾਣੀ ਨਾਲ ਲੈ ਲਈ ਵੀ ਨਾ ਕਿ ਤੋ ਤਿਆਰ ਕੇ ਅੰਦਰ ਕੇ ਯਾਰ ਲਾਸਟ ਤੇ ਤੇ ਬਾਬਾ ਕਰਨ ਦੀ ਆਦਤ ਹੈ ਕਿ ਮਾਂ ਨੂੰ ਕੀੜੇ ਪਾਉਂਦਾ ਮੁੱਠੇ ਕਾ ਲਿਆ ਤੁਸੀਂ ਮੰਮਾ ਤੁਸੀਂ ਕੱਲ ਸਾਨੂੰ ਨਾ ਮਤਲਬ ਚਿੜਕਿਆ ਛੋੜਿਆ ਸੀ ਤੇ ਸਾਡੇ ਦੇ ਵਿੱਚ ਸੀ ਕਿ ਤੁਸੀਂ ਸਾਨੂੰ ਪਿਆਰ ਨਹੀਂ ਕਰਦੇ ਬਾਕੀ ਤੁਸੀਂ ਨਹੀਂ ਕਰਦੇ ਹਾਂ ਨਹੀਂ ਕਰਦੀ ਅਸਲ ਵਿੱਚ ਟੰਗਾ ਮਨਾ ਦੇ ਥੱਲੇ ਗਈ ਆ ਤੁਹਾਡੇ ਵਾਸਤੇ ਗੁੱਲੇ ਪਕਾਉਣ ਦੇ ਅਸੀਂ ਨਾਸ਼ਤਾ ਕਰ ਲਿਆ ਆ ਅਸੀਂ ਕਦੋਂ ਦਾ ਨਾਸ਼ਤਾ ਕੀਤਾ ਆ ਕੱਲ ਮੈਂ ਰੋਕਿਆ ਸੀ ਨਾ ਵੀ ਤੂੰ ਬੰਨੇ ਕਿ ਇਹ ਉੱਥੇ ਹੀ ਕਹਿੰਦੇ ਪਿਆ ਨਹੀਂ ਕਹਿੰਦੇ ਪੈ ਜਾਣਾ ਵੀ ਚੀਲ ਕਰ ਦਿੱਤੀ ਅਸੀਂ ਇਹੀ ਗੱਲ ਹੈ ਤੇ ਰਾਤੀ ਸਾਰੇ ਜਣੇ ਕਹਿੰਦੇ ਸੀ ਕਿ ਸਿਰ ਦੋ ਬਣਾ ਉਹਦੇ ਬਾਅਦ ਲੋਕ ਕਹਿੰਦੇ ਨਾ ਸੀ ਨਾ ਸਿਰ ਦੋ ਬਣਾ ਮਾਂ ਨੇ ਪੱਤਰ ਹੋ ਗਏ ਇਹਦੇ ਵਜ੍ਹਾ ਤੂੰ ਰੋਕਿਆ ਅੱਛਾ ਮਾਂ ਜੀ ਸੋਰੀ ਪਾਸੋ ਸੁਬਾਹ ਨੂੰ ਖੋਲੋ ਦੁਪਹਿਰ ਨੂੰ ਖੋਲੋ ਸ਼ਾਮ ਨੂੰ ਖੋਲੋ ਕਦੀ ਮਾਮਾ ਨੇ ਕਿਹਾ ਯਾਰ ਮਾਸ ਪੜੋ ਕਦੀ ਮਾਮਾ ਨੇ ਕਿਹਾ ਵੀ ਕਿਉਂ ਪੜਿਆ ਇਹ ਕਦੇ ਵੀ ਪੜਿਆ ਇਹਨੇ ਤੇ ਕੀ ਕਰਨਾ ਕਦੀ ਕਿਹਾ ਕਦੀ ਕਿਹਾ ਵੀ ਉਹ ਨਮਾਜ਼ ਕਿਉਂ ਪੜਾ ਇਹ ਨਮਾਜ਼ ਇੰਨਾ ਟਾਈਮ ਕਿਉਂ ਲਾਇਆ ਨਹੀਂ ਨਹੀਂ ਨਾ ਨਹੀਂ ਕਦੀ ਮਾਂ ਨੇ ਇਹ ਕਿਹਾ ਵੀ ਇੱਥੇ ਪੰਖੇ ਥੱਲੇ ਕਿਉਂ ਬੈਠੇ ਉੱਠ ਕੇ ਬਾਅਦ ਧੁੱਪੇ ਚਲੋ ਲੈ ਮਾਮਾ ਨੇ ਕਦੀ ਕਿਹਾ ਤੇ ਕਹੋ ਨਾ ਮਾਮਾ ਕਦੀ ਗੱਲ ਤੋਂ ਮੰਗਦੀ ਆ ਮਾਂ ਤੁਸੀਂ ਬਸਤਾ ਲੈ ਕੇ ਬੈਠੇ ਹੋਵੋ ਮਾਨੇ ਕਦੀ ਕਿਹਾ ਵੀ ਤੈਨੂੰ 3 ਘੰਟੇ ਹੋ ਗਏ ਬੈਠੀ ਨੂੰ ਕੀ ਕਰਨ ਦੀ ਹੈ ਅੱਛਾ ਮਾਂ ਸੋਚਦੀ ਨਾ ਨਹੀਂ ਤਾਂ ਮਾਮਾ ਕਿਹੜੀ ਗੱਲ ਤੋਂ ਰੋਕਦੀ ਹੈ ਜਿਹੜੇ ਸਾਡੇ ਨੂੰ ਸਾਂਦੀ ਹੈ ਮਾਮਾ ਪਤਾ ਸਾਨੂੰ ਪਰ ਅਸੀਂ ਬਸ ਮਜ਼ਾਕ ਕਰਨ ਦਾ ਅਸੀਂ ਤੁਹਾਡੇ ਨਾਲ ਪ੍ਰੈਂਕ ਕਰਨ ਦਾ ਸੀ ਨਾ ਇਹ ਵੀ ਜੁਰੇ ਚ ਪੈਗਾ ਤੁਹਾਡੇ ਤੇ ਆਏਗਾ ਅਗਲੇ ਬੰਦੇ ਨੂੰ ਸਾੜ ਕੇ ਰੱਖ ਦੇਣਾ ਸਵੇਰੇ ਸਵੇਰੇ ਕਿੱਥੇ ਤੇਰੇ ਸਾਹਮਣੇ ਵਿੱਚ ਪੌਣੇ 4 ਵਜੇ ਦੀ ਉੱਠੀ ਹੋਈ ਆ ਕੜੀ ਦਾ ਤਾਂ ਕੁਛ 70 ਵਾਲੀ ਵੀ ਮੈਂ ਚੱਕਰ ਥੱਲੇ ਲਾ ਲੈਣੇ ਫਿਰ ਤੁਸੀਂ ਕਹਿੰਦੇ ਨਹੀਂ ਤੁਹਾਨੂੰ ਆਪ ਹੀ ਗੁੱਲਾ ਪਕਾ ਕੇ ਲਿਆ ਕੇ ਦੇ ਦੇਣੀ ਖਮੀਰ ਖਾਣੀ ਮੰਮਾ ਜੀ ਸੋਰੀ ਮਾਂ ਨਾ ਇਹ ਤਾਂ ਬਸ ਤਮਾਸ਼ਾ ਹੋ ਗਿਆ ਮੰਮਾ ਜੀ ਸੋਰੀ 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 ਜਦੋਂ ਦੀ ਮੰਮਾ ਨਾ ਹੋ ਗਿਆ ਜੀ ਇੱਕ ਵਾਰੀ ਪ੍ਰੈਂਕ ਹੋ ਗਿਆ ਅੱਛੇ ਨਾਲ ਠੀਕ ਹੈ ਉਹਨਾਂ ਕੈਮਰਾ ਅੱਜ ਖੜੀ ਮੰਮਾ ਕੋ ਮੰਮਾ ਦੀ ਫੀਲਿੰਗਸ ਕੁਛ ਨੇ ਵੀ ਮੰਮਾ ਕਿਸਾ ਫੀਲ ਹੋਇਆ ਜਦੋਂ ਅਸੀਂ ਮੰਮਾ ਨੂੰ ਕਿਹਾ ਵੀ ਸਾਨੂੰ ਆਪ ਹੀ ਨਾਸ਼ਤਾ ਬਣਾ ਕੇ ਲਿਆ ਕੇ ਦਿਓ ਚਲੋ ਜੀ ਹੁਣ ਜਿਹੜਾ ਨਾ ਜ਼ੈਨ ਵੀ ਉੱਪਰ ਆ ਗਿਆ ਠੀਕ ਹੈ ਜ਼ੈਨ ਅਸਲ 'ਚ ਅਸੀਂ ਨੀਚੇ ਮਿਸਤਰੀਆਂ ਨਾਲ ਠੀਕ ਹੈ ਅਤੇ ਜ਼ੈਨ ਅੱਜ ਅਸੀਂ ਮੰਮਾ ਨਾਲ ਪ੍ਰੈਂਕ ਕਰ ਛੁੱਟਿਆ ਅਸੀਂ ਨਾ ਰੋਟੀ ਖਾ ਕੇ ਅਤੇ ਭਾਂਡੇ ਲਗੋ ਕੇ ਅਸੀਂ ਮੰਨ ਕਿਹਾ ਅਸੀਂ ਰੋਟੀ ਖਾਣੀ ਨਹੀਂ ਸਾਨੂੰ ਆਪ ਮੈਂ ਤੁਹਾਡੀ ਚਾਦਰ ਵੇਖੋ ਜਿਵੇਂ ਗਾਰੇ 'ਚ ਲਪੇੜ ਕੇ ਬਾਹਰ ਕੱਢ ਕੇ ਤੁਸੀਂ ਉੱਤੇ ਲਈ ਹੁੰਦੀ ਕੱਪੜੇ ਤਾਂ ਬਦਲ ਲਓ ਭਲਾ ਤੁਸੀਂ ਮੰਮਾ ਵੈਸੇ ਤੁਹਾਨੂੰ ਕੈਸਾ ਫੀਲ ਹੋਇਆ ਜਦੋਂ ਅਸੀਂ ਕਿਹਾ ਵੀ ਸਾਨੂੰ ਆਪ ਹੀ ਪਕਾ ਕੇ ਦੋਗੇ ਤੇ ਅਸੀਂ ਖਾਣੀ ਬੜੇ ਚਲਾਕ ਬੜੇ ਚਲਾਕ ਬੜੇ ਚਲਾਕ ਹੈ ਨਾ ਤੇ ਤੇ ਹੁਣ ਜਿਹੜਾ ਨਾ ਕੀ ਨਾਮ ਸੀ ਅਸੀਂ ਜਦ ਨਾ ਮੰਮਾ ਜੀ ਕੈਸਾ ਫੀਲ ਹੋਇਆ ਸੀ ਵੈਸੇ ਤੁਹਾਨੂੰ
ਜਦੋਂ ਤੁਸੀਂ ਕਹਿੰਦਾ ਸੀ ਲਾਲਾ ਤੇ ਸਾਡੀ ਰੋਟੀ ਨਹੀਂ ਖਾਣੀ, ਮੈਂ ਡਰ ਗਈ, ਮੈਂ ਕਿਹਾ ਪਤਾ ਥੱਲੇ ਗਈ ਆ ਤੇ ਉਹਨੂੰ ਕੁਛ ਕਹਿ ਦਿੱਤਾ ਜੇ ਹਾਲਾਂਕਿ 3 ਮਹੀਨੇ ਹੋ ਗਏ ਆਪਾਂ ਨੂੰ ਉੱਥੇ ਰਹਿੰਦੇ, ਠੀਕ ਹੈ ਵੈਸੇ ਤੁਸੀਂ ਥੱਲੇ ਜਾ ਕੇ ਲਾਲਾ ਕੋ ਪੁੱਛਿਆ ਸੀ ਵੀ ਕੀ ਹੋਇਆ ਵਾ? ਹੈਂ ਮੈਂ ਕਹਾਂ ਤਾਂ ਪੁੱਛਣਾ ਸੀਗਾ, ਨਾਲੇ ਉਹ ਤੁਹਾਡਾ ਗੋਲ ਪੂਣਾ ਕਰੇ, ਨਾਲੇ ਮੈਂ ਉਹਦੇ ਨਾਲ ਜਾਣ ਨੂੰ ਪੁੱਛਦੀ ਹਾਂ ਮੇਰੀਆਂ ਧੀਆਂ ਨੂੰ ਕੀ ਕੀ ਹੈ, ਇਹਨਾਂ ਨੇ ਕਹਿੰਦਾ ਮੇਰੀਆਂ ਧੀਆਂ ਦੀ ਚਲੋ ਜੀ ਹੁਣ ਜਿਹੜਾ ਨਾ ਮੰਮਾ ਨਾ ਹੋ ਗਿਆ ਥੋੜ੍ਹਾ ਜਿਹਾ ਹੈਵੀ ਕਿਸਮ ਵਾਲਾ ਪ੍ਰੈਂਕ ਅਤੇ ਮੰਮਾ ਪਾਈ ਹੋ ਗਈ ਵਾਵਾ ਗੁੱਸੇ, ਠੀਕ ਹੈ ਅਤੇ ਹੁਣ ਜਿਹੜਾ ਨਾ ਭਾਈ ਮੰਮਾ ਨੂੰ ਮਨਾਈਏ ਮਨੁਈਏ ਅਤੇ ਭਾਈ ਅੱਜ ਦਾ ਵਲੋਗ ਆਪਾਂ ਕਰ ਲਿਆ ਇੱਥੇ ਹੀ ਐਂਡ, ਅਤੇ ਤੁਸੀਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕੈਸਾ ਲੱਗਾ ਵੀ ਅਸੀਂ ਮੰਮਾ ਨਾਲ ਪ੍ਰੈਂਕ ਕੀਤਾ ਵਾ, ਭਾਈ ਵੈਸੇ ਨਾ ਪ੍ਰੈਂਕ ਗੋਨ ਰੋਂਗ ਹੋ ਗਿਆ ਵਾ, ਠੀਕ ਹੈ, ਕਿਉਂਕਿ ਮੰਮਾ ਨੇ ਗੁੱਸਾ ਬਹੁਤ ਕਰ ਲਿਆ ਸੀ ਅਤੇ ਹੁਣ ਜਿਹੜਾ ਨਾ ਜੀ ਫਟਾਫਟ ਆਪਾਂ ਨਾ ਕੀ ਨਾਮ ਸੁਣਦਾ ਵਾ ਇੱਥੇ ਨਾ ਪੱਖਾ ਸ਼ੱਖਾ ਚਲਾਈਏ, ਅੱਜ ਅਸੀਂ ਸੋਚਿਆ ਵਾ ਅੱਜ ਦਾ ਵੀ ਦਿਨ ਅਸੀਂ ਇੱਥੇ ਹੀ ਸਪੈਂਡ ਕਰਨਾ ਵਾ, ਅਗਰ ਜੇ ਉੱਧਰ ਸ਼ਟਰਿੰਗ ਵਾਲੇ ਨਾ ਆ ਗਏ, ਜੇ ਸ਼ਟਰਿੰਗ ਵਾਲੇ ਆ ਗਏ ਫਿਰ ਅਸੀਂ ਨੀਚੇ ਚਲੇ ਜਾਵਾਂਗੇ, ਠੀਕ ਹੈ, ਅਤੇ ਹੁਣ ਜੀ ਸਟੱਡੀ ਸਟਾਰਟ ਕਰੀਏ ਅਤੇ ਅੱਜ ਸੁਬਹਾ ਸੁਬਹਾ ਹੀ ਇਨਸ਼ਾਅੱਲਾ ਨਾ ਪੜ੍ਹ ਪੜ੍ਹ ਕੇ ਨਾ ਐਂਡ ਕਰ ਦੇਣੀ ਬਸ, ਅਤੇ ਭਾਈ ਬਸ ਤਾਂ ਐਂਡ ਤਾਂ ਕਰ ਦੇਣੀ, ਅਤੇ ਚਲੋ ਜੀ ਠੀਕ ਹੈ ਫਿਰ ਹੁਣ ਲਵ, ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵਲੌਗ ਕੈਸਾ ਲੱਗਾ, ਅਤੇ ਜਦ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਅੱਛੇ ਅੱਛੇ ਕਰੋ, ਚਲੋ ਜੀ ਠੀਕ ਹੈ ਫਿਰ ਲਵ ਫੀਸ।